रिश्ते जो आते उदों कहते कि वह तुरन वाली चाहिए आ जो कोई मासा तुरता से कहता तुरन वाली चाहिए आ चाह तो बथेरा है पर यह कि थोड़ी माली हालत कमजोर करके इस करके मैं झोली संगत अगे अटी है ਵਿਆਹ ਦੀ ਤਰੀਕ ਪੱਕੀ ਹੋ ਗਈ ਹੈ 3 ਨਵੰਬਰ ਯਾਨੀ ਕਿ 5 ਦਿਨ ਬਾਅਦ ਇਸ ਕੁੜੀ ਨੂੰ ਲਾੜਾ ਵਿਆਹਣਾ ਰਿਹਾ ਹਰ ਕੁੜੀ ਵਾਂਗ ਇਸ ਨੂੰ ਵਿਆਹ ਦਾ ਉਨਾ ਹੀ ਚਾਹੇ ਪਰ ਪਰਿਵਾਰ ਨੂੰ ਗਰੀਬੀ ਨੇ ਇੰਨਾ ਜਕੜ ਰੱਖਿਆ ਕਿ ਬਰਾਤ ਨੂੰ ਚਾਹ ਪਾਣੀ ਪਿਲਾਉਣਾ ਤਾਂ ਦੂਰ ਧੀ ਨੂੰ ਦੇਣ ਲਈ 4 ਸੂਟ ਤੱਕ ਨਹੀਂ ਜੁੜ ਰਹੇ ਅੰਮ੍ਰਿਤਸਰ ਦੇ ਪਿੰਡ ਮਹਿਮਾ ਪੰਡੋਰੀ ਦੀ ਧੀ ਬਚਪਨ ਤੋਂ ਹੀ ਪੋਲੀਓ ਨਾਲ ਗ੍ਰਸਤ ਹੈ ਡਾਕਟਰ ਨੇ ਗਲਤ ਟੀਕਾ ਲਾਇਆ ਤਾਂ ਅਮਨਜੀਤ ਕੌਰ ਦੀਆਂ ਦੋਵੇਂ ਲੱਤਾਂ ਨੂੰ ਪੋਲੀਓ ਨੇ ਜਕੜ ਲਿਆ ਪਰ ਹੁਣ ਅਰਸੇ ਬਾਅਦ ਜਦੋਂ ਉਸਦਾ ਵਿਆਹ ਤੈਅ ਹੋਇਆ ਤਾਂ ਪੋਲੀਓ ਤੋਂ ਵੀ ਘੱਟ ਗਰੀਬੀ ਨੇ ਉਸਦੇ ਚਾਹਵਾਂ ਨੂੰ ਜਕੜ ਲਿਆ 3 ਨਵੰਬਰ ਨੂੰ ਵਿਆਹ ਹੈ ਪਰ ਕੋਲ ਇੱਕ ਧੇਲਾ ਤੱਕ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਨਜੀਤ ਕੌਰ ਖਾਲਸਾ ਹੈ ਪਿੰਡ ਸਾਡਾ ਮਹਿਮਾ ਪੰਡੋਰੀ ਜ਼ਿਲ੍ਹਾ ਅੰਮ੍ਰਿਤਸਰ ਵਿਆਹ ਮੇਰਾ 3 ਨਵੰਬਰ ਨੂੰ ਬਰਾਤ ਆ ਅਤੇ 29 ਨਵੰਬਰ ਨੂੰ ਸ਼ਗਨ ਵੀਰ ਜੀ ਮੇਰੇ ਛੋਟੀ ਹੁੰਦੀ ਤੋਂ 2 ਸਾਲ ਦੀ ਸੀ ਜਦੋਂ ਮੈਨੂੰ ਪੋਲੀਓ ਹੋਇਆ ਸੀ ਡਾਕਟਰ ਨੇ ਬੁਖਾਰ 'ਚ ਟੀਕਾ ਲਾਤਾ ਅਤੇ ਮੈਨੂੰ ਪੋਲੀਓ ਹੋ ਗਿਆ ਹੁਣ ਮੇਰੀ 36 ਸਾਲ ਦੀ ਉਮਰ ਆ ਅਤੇ ਮੈਂ ਪੋਲੀਓ ਦੀ ਪੀੜਤ ਹਾਂ ਪਰਿਵਾਰ ਨੇ ਬਹੁਤ ਪੈਸਾ ਲਾਇਆ ਜਿਸ ਸਮੇਂ 'ਚ ਪੈਸਾ ਨਹੀਂ ਮਿਲਦਾ ਹੁੰਦਾ ਉਸ ਸਮੇਂ ਵਿੱਚ ਮੰਮੀ ਪਾਪਾ ਨੇ ਬਹੁਤ ਪੈਸਾ ਲਾਇਆ ਮੇਰੇ ਉੱਪਰ ਅਤੇ ਇਸ ਕਰਕੇ ਮੈਂ ਪੀੜਤ ਹਾਂ ਵਿਆਹ ਮੇਰਾ 29 ਨਵੰਬਰ ਨੂੰ ਸ਼ਗਨ 3 ਨਵੰਬਰ ਨੂੰ ਬਰਾਤ ਪਰਿਵਾਰ ਦੇ ਹਾਲਾਤ ਬਹੁਤ ਹੀ ਮਾੜੇ ਨੇ ਮਤਲਬ ਕਿ ਹਿਮਾਤਲ ਲੋਕ ਹਾਂ ਅਤੇ ਇਸ ਕਰਕੇ ਵੀ ਮਤਲਬ ਉਹ ਤਿਆਰੀ ਤਿਊਰੀ ਨਹੀਂ ਹੋ ਸਕਦੀ ਸੰਗਤ ਤੋਂ ਬਗੈਰ ਜਿੱਥੇ ਵਿਆਹ ਹੋ ਰਿਹਾ ਜਿਸ ਨਾਲ ਜਿਨ੍ਹਾਂ ਨਾਲ ਉਹ ਵੀ ਪੋਲੀਓ ਤੋਂ ਪੀੜਤ ਨਹੀਂ ਜਾਂ ਉਹ ਸਹੀ ਨਹੀਂ ਉਹ ਪੋਲੀਓ ਤੋਂ ਪੀੜਤ ਨਹੀਂ ਉਹ ਸਹੀ ਨੇ ਹਾਂਜੀ ਪਰਸਤੀ ਦੇ ਵਿਆਹ ਤੱਕ ਦਾ ਸਫ਼ਰ ਵੀ ਆਸਾਨ ਨਹੀਂ ਰਿਹਾ ਰਿਸ਼ਤੇ ਵਾਲੇ ਘਰ ਆਉਂਦੇ ਪਰ ਇਹ ਕਹਿ ਕੇ ਵਾਪਿਸ ਚਲੇ ਜਾਂਦੇ ਕਿ ਉਹਨਾਂ ਨੂੰ ਤੁਰਨ ਫਿਰਨ ਵਾਲੀ ਕੁੜੀ ਚਾਹੀਦੀ ਹੈ ਪਰ ਹੁਣ ਆਖਿਰਕਾਰ ਅਮਨਜੀਤ ਕੌਰ ਦੀਆਂ ਅਰਦਾਸਾਂ ਨੂੰ ਪੂਰ ਪਿਆ ਅਤੇ ਉਸ ਨੂੰ ਉਸਦਾ ਮਨ ਚਾਹਿਆ ਵਰ ਮਿਲਿਆ ਪਰ ਹੁਣ ਸਿਰਫ ਉਡੀਕਾ ਹੈ ਤਾਂ ਵਿਆਹ ਲਈ ਆਉਣ ਵਾਲੇ ਖਰਚੇ ਦਾ ਜਿਸ ਲਈ ਅਮਨਜੀਤ ਕੌਰ ਸੰਗਤਾਂ ਅੱਗੇ ਝੋਲੀ ਅੱਡ ਰਹੀ ਹੈ ਰਿਸ਼ਤੇ ਜਦੋਂ ਆਉਂਦੇ ਸੀ ਉਦੋਂ ਕਹਿੰਦੇ ਸੀ ਕਿ ਉਹ ਤੁਰਨ ਵਾਲੀ ਚਾਹੀਦੀ ਆ ਜੇ ਕੋਈ ਮਾਸਾ ਤੁਰਦਾ ਸੀ ਉਹ ਕਹਿੰਦਾ ਸੀ ਤੁਰਨ ਵਾਲੀ ਚਾਹੀਦੀ ਆ ਅਤੇ ਹੁਣ ਚਲੋ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਆ ਮੈਂ ਕਿ ਉਹਨਾਂ ਨੇ ਮੈਨੂੰ ਅਪਣਾਇਆ ਵਾ ਹਾਂਜੀ ਚਾਹ ਤਾਂ ਬਥੇਰਾ ਹੈ ਪਰ ਇਹ ਆ ਕਿ ਥੋੜ੍ਹੀ ਮਾਲੀ ਹਾਲਤ ਕਮਜ਼ੋਰ ਦਾ ਕਰਕੇ ਇਸ ਕਰਕੇ ਮੈਂ ਝੋਲੀ ਸੰਗਤ ਅੱਗੇ ਅੱਡੀ ਆ ਹਾਲੇ ਕੁਛ ਨਹੀਂ ਬਣਾਇਆ ਵੀਰ ਜੀ ਅਜੇ ਤਾਂ ਸਿਰਫ ਆ 2 ਸੂਟ ਨੇ ਅਤੇ ਇੱਕ ਸ਼ਾਵਲ ਕੋਟੀ ਬਣਾਇਆ ਬਸ ਉਹੀ ਮੇਰੇ ਕੋਲ ਸੀ ਖੁਦ ਮੈਂ ਸਟਿਚਿੰਗ ਕੀਤਾ ਆਨੰਦ ਕਾਰਜ ਮੇਰੀ ਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਹੋਣੇ ਨੇ ਸਾਡੇ ਲਾਗੇ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਇਸ ਹਾਲਾਤ ਦੇ ਵਿੱਚ ਰੱਬ ਤੇ ਬਹੁਤ ਭਰੋਸਾ ਤੁਹਾਨੂੰ ਕੀ ਦਿਓਗੇ ਬਸ ਇਹੀ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੀ ਹਾਂ ਕਿ ਚਲੋ ਜੋ ਵੀ ਜੋ ਮੈਂ ਮੰਗਿਆ ਸੀ ਉਹੀ ਮੈਨੂੰ ਮਿਲਿਆ ਹੈ ਅਤੇ ਬਾਕੀ ਇਹ ਆ ਕਿ ਮੈਂ ਆਪਣੇ ਮਾਂ ਬਾਪ ਦੇ ਸਿਰ 'ਤੇ ਬੋਝ ਨਹੀਂ ਬਣਨਾ ਚਾਹੁੰਦੀ ਅਤੇ ਮੈਂ ਸੰਗਤ ਅੱਗੇ ਅਪੀਲ ਕਰਦੀ ਹਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਸੰਗਤ ਅੱਗੇ ਝੋਲੀ ਅੱਡੀ ਹੈ ਤਾਂ ਭਰਦੀ ਜ਼ਰੂਰ ਆ ਆਪਣਾ ਮੋਬਾਈਲ ਨੰਬਰ ਅਤੇ ਐਡਰੈਸ ਹਾਂਜੀ ਮੇਰਾ ਨੰਬਰ ਮੋਬਾਈਲ ਨੰਬਰ ਹੈਗਾ 77174-6231 77174-6231 ਪਿੰਡ ਸਾਡਾ ਮਹਿਮਾ ਪੰਡੋਰੀ ਜ਼ਿਲ੍ਹਾ ਅੰਮ੍ਰਿਤਸਰ ਨਾਮ ਮੇਰਾ ਅਮਨਜੀਤ ਕੌਰ ਖਾਲਸਾ ਉਧਰ ਵਿਆਹ ਦੀ ਫਿਕਰ ਜਿੰਨੀ ਅਮਨਜੀਤ ਕੌਰ ਨੂੰ ਹੈ ਓਨੀ ਹੀ ਪਿਓ ਅਤੇ ਧੀ ਨੂੰ ਵੀ ਮਿਹਨਤ ਮਜ਼ਦੂਰੀ ਕਰਨ ਵਾਲੇ ਮਾਪੇ ਧੀ ਲਈ ਘੱਟ ਅਤੇ ਬਰਾਤੀਆਂ ਦੇ ਸੇਵਾ ਪਾਣੀ ਅਤੇ ਵਿਆਹ ਤੇ ਆਉਣ ਵਾਲੇ ਹੋਰ ਖਰਚਿਆਂ ਲਈ ਵੱਧ ਚਿੰਤਿਤ ਨੇ ਪਰਿਵਾਰ ਵਿਆਹ ਕਰਨ 'ਚ ਅਸਮਰੱਥ ਹੈ ਅਤੇ ਸਮਾਜ ਸੇਵੀ ਜਥੇਬੰਦੀ ਅਸਣੇ ਦਾਨੀ ਸੱਜਣਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹਾਂਜੀ ਵੀਰ ਜੀ ਅਸੀਂ ਇਹਦੀ ਇਲਾਜ 'ਤੇ ਬਹੁਤ ਪੈਸਾ ਪਹਿਲਾਂ ਲਾ ਚੁੱਕੇ ਹਾਂ ਅਸੀਂ ਚੁੱਕ ਚੁਕਾ ਕੇ ਬਹੁਤ ਕਰਜ਼ਾ ਬਹੁਤ ਅੱਜ ਤੱਕ ਅਸੀਂ ਕਰਜ਼ਾ ਲਾਉਂਦੇ ਰਹੇ ਹੁਣ ਮੇਰੀ ਬੇਟੀ ਦੀ ਸੋਚ ਇਹ ਆ ਕਿ ਮੈਂ ਅਸੀਂ ਕਰਜ਼ਾ ਨਹੀਂ ਚੁੱਕਣ ਦੇਣਾ ਅਤੇ ਮੈਂ ਆਪਣੇ ਸੰਗਤ ਦੇ ਸਹਿਯੋਗ ਨਾਲ ਹੀ ਮੇਰਾ ਆਨੰਦਗੜ੍ਹ ਜਾਣਗੇ 30 ਤਰੀਕ 29 ਨੂੰ ਸ਼ਗਨ 30 ਨੂੰ ਬਰਾਤ ਕੁਛ ਨਹੀਂ ਵੀਰ ਜੀ 2 ਸੂਟ ਆ 1 ਕੋਟੀ 1 ਸ਼ੋਲ ਤੋਂ ਬਸ ਲੱਗਦਾ ਹਜੇ ਕੋਈ ਤਿਆਰੀ ਨਹੀਂ ਉਧਰੋਂ 20-25 ਬੰਦੇ ਆਉਣਗੇ ਇੱਧਰੋਂ 200 ਬੰਦਾ ਹੋ ਜਾਣਾ ਵਾ ਕੀ ਪਰਿਵਾਰ ਤੋਂ ਵਿੱਚੋਂ ਇਸ ਦੇ ਭੈਣ ਭਰਾ ਸੰਗਤਾਂ ਨੂੰ ਇਹ ਵੀ ਅਪੀਲ ਆ ਕਿ ਵੱਧ ਤੋਂ ਵੱਧ ਸਾਥ ਦਿਓ ਭੈਣ ਦਾ ਭੈਣ ਦੀ ਬਾਂਹ ਫੜੋ ਮਦਦ ਕਰੋ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ
ਗੁਰਸਿੱਖਾਂ ਮਨਜੋਤ ਕੌਰ ਜਿਸ ਨੇ ਇੰਨੀਆਂ ਪਰੇਸ਼ਾਨੀਆਂ ਅਤੇ ਦੁੱਖਾਂ ਵਿੱਚ ਵੀ ਰੱਬ ਦਾ ਪੱਲਾ ਨਹੀਂ ਛੱਡਿਆ ਅੱਜ ਉਸ ਨੂੰ ਰੱਬ ਦੇ ਨਾਲ ਨਾਲ ਰੱਬ ਦੇ ਬਣਾਏ ਬੰਦਿਆਂ ਤੋਂ ਵੀ ਮਦਦ ਦੀ ਲੋੜ ਹੈ ਤਾਂ ਕਿ ਉਸ ਦਾ ਘਰ ਵੱਸ ਸਕੇ ਅਤੇ ਤਾਂ ਕਿ ਉਹ ਵੀ ਲਾੜੀ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਸਕੇ ਅਤੇ ਤਾਂ ਕਿ ਉਸ ਦੇ ਪਿਓ ਦੀ ਪੱਗ ਵੀ ਦੁਨੀਆ ਸਮਾਜ ਅਤੇ ਲਾੜੇ ਵਾਲਿਆਂ ਅੱਗੇ ਬਣੀ ਰਹੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸੈਂਟਰਲ ਪੰਜਾਬ ਟੀਵੀ।